ਕੱਲ ਦੋਸਤੋ ਨਵੀਂ ਵੀਡੀਓ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਇਸ ਵਾਲੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਵੀ ਪਤਾ ਕਿ ਸਿੱਖ ਗੇਮਸ ਦੇ ਵਿੱਚ ਅੱਜ ਜੋ ਹੈ ਦੋਸਤੋ ਵੱਡਾ ਕਬੱਡੀ ਕੱਪ ਹੋਇਆ ਸੀ, ਵੱਡੀਆਂ ਟੀਮਾਂ ਖੇਡੀਆਂ ਸੀ ਅਤੇ ਕਈ ਮੇਰੇ ਵੀਰਾਂ ਨੂੰ ਜੋ ਹੈ ਟੀਮਾਂ ਦਾ ਦੋਸਤੋ ਕਲੀਅਰ ਨਹੀਂ, ਸਾਰੀਆਂ ਟੀਮਾਂ ਬਾਰੇ ਇਸ ਵਾਲੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ। ਅਤੇ ਦੋਸਤੋ ਵੱਡੀਆਂ ਵੱਡੀਆਂ ਟੀਮਾਂ ਜੋ ਹੈ ਅੱਜ ਟੀਮਾਂ ਪਲੇਅਰ ਖੇਡੀ ਸੀ ਉਹਨਾਂ ਦੀ ਵੀ ਜਾਣਕਾਰੀ ਦੇਵਾਂਗੇ, ਵੱਡੀਆਂ ਵੱਡੀਆਂ ਟੀਮਾਂ ਜਿੱਦਾਂ ਤੁਹਾਨੂੰ ਦੱਸਿਆ। ਅਤੇ ਦੋਸਤੋ ਪੂਰੀ ਦੀ ਪੂਰੀ ਲਿਸਟ ਆ, 11-12 ਟੀਮਾਂ ਦੋਸਤੋ ਸਾਨੂੰ ਪਤਾ ਲੱਗੀਆਂ ਉਹਨਾਂ ਦੇ ਵਿੱਚ ਪਲੇਅਰ ਵੀ ਜੋ ਹੈ ਕਲੀਅਰ। ਅਤੇ ਦੋਸਤੋ ਅੱਜ ਸ਼ਾਮ ਨੂੰ ਇੱਕ ਨਵੀਂ ਵੀਡੀਓ ਵੀ ਆ ਰਹੀ ਹੈ ਜਿਸ ਦੇ ਵਿੱਚ ਕਿ ਜੋ ਕੱਲ੍ਹ ਨੂੰ ਮੈਚ ਹੋਣੇ ਹਨ ਸਿੱਖ ਗੇਮਸ ਦੇ ਕਬੱਡੀ ਕੱਪ ਅਤੇ ਉਸ ਦੀ ਦੋਸਤੋ ਪੂਰੀ ਦੀ ਪੂਰੀ ਜੋ ਹੈ ਜਾਣਕਾਰੀ ਦੇਵਾਂਗੇ, ਜੋ ਹੈ ਕੱਲ੍ਹ ਨੂੰ ਕਿਹੜੇ ਕਿਹੜੇ ਮੈਚ ਹੋਣਗੇ, ਕਿਹੜੀਆਂ ਟੀਮਾਂ ਖੇਡਣਗੀਆਂ ਦੋਸਤੋ, ਕਿਹੜੀ ਟੀਮ ਦਾ ਕਿਸ ਦੇ ਨਾਲ ਜੋ ਹੈ ਮੈਚ ਹੋਵੇਗਾ, ਪੂਰੀ ਦੀ ਪੂਰੀ ਉਸ ਦੀ ਜਾਣਕਾਰੀ ਦੇ ਵੀਡੀਓ ਦੇ ਵਿੱਚ ਸਿਰਫ ਟੀਮਾਂ ਬਾਰੇ ਤੁਹਾਨੂੰ ਕਲੀਅਰ ਕਰਾਂਗੇ। ਸ਼ਾਮ ਨੂੰ ਜੋ ਹੈ ਕੱਲ੍ਹ ਨੂੰ ਕਿਹੜੇ ਕਿਹੜੇ ਮੈਚ ਹੋਣਗੇ ਉਹ ਵੀਡੀਓ ਨਵੀਂ ਆਵੇਗੀ। ਇਸ ਵਿੱਚ ਜੇਕਰ ਪਹਿਲੀ ਟੀਮ ਦੀ ਗੱਲ ਕਰੀਏ ਤਾਂ ਸ਼ਹੀਦ ਬਾਬਾ ਦੀਪ ਕਬੱਡੀ ਕਲੱਬ ਵੈਲ ਗੋਲਾ ਦੋਸਤੋ, ਇਸ ਦੇ ਵਿੱਚ ਤੁਹਾਨੂੰ ਵੀ ਪਤਾ ਕਿ ਸੁਲਤਾਨ ਸ਼ਮਸ਼ਪੁਰ ਪਾਲਾ ਜਲਾਲਪੁਰ ਦੀ ਵੱਡੀ ਟੀਮ ਇਹ ਤਿਆਰ ਕੀਤੀ ਹੋਈ ਹੈ ਸਿੱਖ ਗੇਮਸ ਦੇ ਕਬੱਡੀ ਕੱਪ ਦੇ, ਚੋਟੀ ਦੀ ਟੀਮ ਖੇਡ ਰਹੀ ਹੈ ਅਤੇ ਕੱਲ੍ਹ ਵੀ ਦੋਸਤੋ ਜੋ ਹੈ ਖੇਡੇਗੀ। ਅਤੇ ਅਗਲੀ ਟੀਮ ਦੋਸਤੋ ਕਲਚਰ ਕਬੱਡੀ ਕਲੱਬ ਦੀ, ਸਵਰਨ ਗਿੱਲ ਵਰਗੇ ਵੱਡੇ ਪਲੇਅਰ ਇਸ ਟੀਮ ਵਿੱਚ ਵੀ ਹੋਣਗੇ। ਤੀਜੀ ਟੀਮ ਦੋਸਤੋ ਮਾਝਾ ਯੂਥ ਕਲੱਬੀ ਜੋ ਹੈ ਕਬੱਡੀ ਕਲੱਬ ਬ੍ਰਿਸਬੇਨ ਦੇ ਯਾਦਾ ਸੁਰਖਪੁਰ ਜੋਤਾ ਮਹਿੰਦਵਾਲ, ਇਹ ਦੋ ਪਲੇਅਰ ਪੰਜਾਬ ਦੇ ਸੁਪਰ ਸਟਾਰ ਪਲੇਅਰ ਦੋਸਤੋ ਇਸ ਟੀਮ ਦੇ ਵਿੱਚ ਵੀ ਜੋ ਹੈ ਖੇਡ ਰਹੇ ਹਨ। ਅਤੇ ਚੌਥੀ ਟੀਮ ਦੋਸਤੋ ਸ਼ੇਰੇ ਪੰਜਾਬ ਕਬੱਡੀ ਕਲੱਬ ਮੈਲਬੋਰਨ, ਇਹ ਵੀ ਚੋਟੀ ਦੀ ਟੀਮ ਅਤੇ ਇਸ ਦੇ ਵਿੱਚ ਦੋਸਤੋ ਬੱਬੂ ਪਿੰਡਰ ਮੰਨਾ ਬਾਲ ਨਾਓ ਵਰਗੇ ਵੱਡੇ ਪਲੇਅਰ ਇਸ ਟੀਮ ਦੇ ਵਿੱਚ ਵੀ ਜੋ ਹੈ ਖੇਡ। ਅਗਲੀ ਟੀਮ ਹੈ ਦੋਸਤੋ ਆਜ਼ਾਦ ਕਬੱਡੀ ਕਲੱਬ ਮੈਲਬੋਰਨ, ਜਿਸ ਦੇ ਵਿੱਚ ਕਿ ਹੁਸ਼ਿਆਰਾ ਬੋਪਰ ਅਤੇ ਮਜੋਤ ਮਾਛੀਵਾੜਾ ਸਾਹਿਬ, ਇਹ ਦੋਸਤੋ ਦੋ ਪਲੇਅਰ ਇਸ ਟੀਮ ਦੇ ਵਿੱਚ ਖੇਡ ਰਹੇ ਹਨ। ਅਤੇ ਦੋਸਤੋ ਆਜ਼ਾਦ ਕਬੱਡੀ ਕਲੱਬ ਕਲਚਰ ਮੈਲਬੋਰਨ, ਇਹ ਦੋਸਤੋ ਬੱਬੂ ਲਸਾੜੇ ਦੀ ਟੀਮ। ਜੇਕਰ ਦੋਸਤੋ ਅਗਲੀ ਟੀਮ ਦੀ ਗੱਲ ਕਰੀਏ ਤਾਂ ਸਿੰਘ ਸੱਭਾ ਕਬੱਡੀ ਕਲੱਬ ਮੈਲਬੋਰਨ, ਇਸ ਦੇ ਵਿੱਚ ਦੋਸਤੋ ਅੰਬਰਸਰ ਸਿੰਘ ਵਾਲਾ, ਅੰਮ੍ਰਿਤ ਔਲਖਾ, ਮੋਟਾ ਕਿਉਂਕੇ, ਇਹ ਵੱਡੇ ਪਲੇਅਰ ਨਾਮਵਾਰ ਖਿਡਾਰੀ ਦੋਸਤੋ ਇਸ ਟੀਮ ਦੇ ਵਿੱਚ ਤੁਹਾਨੂੰ ਦੇਖਣ ਨੂੰ। ਅਗਲੀ ਟੀਮ ਹੈ ਦੋਸਤੋ ਮੀਰੀ ਪੀਰੀ ਸਪੋਰਟਸ ਕਲਚਰ ਕਬੱਡੀ ਕਲੱਬ ਮੈਲਬੋਰਨ, ਜਿਸ ਦੇ ਵਿੱਚ ਕਿ ਨੋਨੀ ਡਰੋਲੀ ਭਾਈ, ਕਾਲਾ ਧਨੌਲੇ ਵਾਲਾ ਦੋਸਤੋ, ਫੂਲਾ ਸ਼ੂਸ਼ਕ ਵਾਲਾ, ਅੰਬੂ ਘਲਕਲਾਂ, ਤੁਹਾਨੂੰ ਵੀ ਪਤਾ ਕਿ ਆਸਟ੍ਰੇਲੀਆ ਦੇ ਵਿੱਚ ਜੋ ਕਿ ਜਾ ਵਸਿਆ ਦੋਸਤੋ, ਅਤੇ ਹੁਣ ਦੋਸਤੋ ਕਬੱਡੀ ਕੱਪ 'ਤੇ ਵੀ ਜੋ ਹੈ ਆਸਟ੍ਰੇਲੀਆ ਦੇ ਵਿੱਚ ਸਿੱਖ ਗੇਮਸ ਦੇ ਕਬੱਡੀ ਕੱਪ 'ਤੇ ਜੋ ਵੀ ਦੋਸਤੋ ਜੋ ਹੈ ਖੇਡ ਰਹੇ ਹੈ, ਅਤੇ ਦੋਸਤੋ ਕੱਲ੍ਹ ਨੂੰ ਵੀ ਖੇਡੇਗਾ। ਅਤੇ ਦੋਸਤੋ ਵੱਡੇ ਜੋ ਹੈ ਪਲੇਅਰ ਇਸ ਟੀਮ ਦੇ ਵਿੱਚ ਖੇਡ ਰਹੇ ਹਨ। ਅਗਲੀ ਟੀਮ ਹੈ ਦੋਸਤੋ ਕਿੰਗਜ਼ ਕਬੱਡੀ ਕਲੱਬ ਦੇ ਵਿੱਚ ਅਰਸ਼ ਚੋਲਾ ਸਾਹਿਬ ਅਤੇ ਸੰਦੀਪ ਲੁੱਧਰ ਦੀ, ਇਹ ਚੋਟੀ ਦੀ ਟੀਮ ਹੈ ਦੋਸਤੋ ਨਿਊਜ਼ੀਲੈਂਡ। ਅਗਲੀ ਟੀਮ ਦੋਸਤੋ ਕਬੱਡੀ ਕਲੱਬ, ਇਸ ਦੇ ਵਿੱਚ ਪਿੰਦਾ ਸੱਜਣਵਾਲ ਅਤੇ ਗੁਰਲਾਲ ਸੋਲ, ਇਹ ਵੀ ਦੋਸਤੋ ਵੱਡੀ ਟੀਮ ਨਿਊਜ਼ੀਲੈਂਡ ਕਬੱਡੀ ਕਲੱਬ ਦੇ ਨਾਂ 'ਤੇ ਖੇਡ। ਅਗਲੀ ਟੀਮ ਦੋਸਤੋ ਸਿਡਨੀ ਕਬੱਡੀ ਕਲੱਬ, ਕੁਲਵੰਤ ਕਕਰਾਲੀ, ਵਾਹਿਗੁਰੂ ਸੀਚੇਵਾਲ, ਪਿੰਨੀ ਬਤਾਰਾ, ਇਹ ਵੀ ਚੋਟੀ ਦੀ ਟੀਮ ਜੋ ਹੈ ਤਿਆਰ ਕੀਤੀ ਗਈ ਹੈ। ਅਗਲੀ ਟੀਮ ਹੈ ਦੋਸਤੋ ਪਰਥ ਕਬੱਡੀ ਕਲੱਬ ਸੁੱਖਾ ਪਿੰਡਰ ਜੱਸੀ ਸੋਹਤਾ, ਚੋਟੀ ਦੀ ਟੀਮ ਦੋਸਤੋ ਇਹ ਵੀ ਤੁਹਾਨੂੰ ਦੇਖਣ ਨੂੰ ਮਿਲੇਗੀ, ਆਸਟ੍ਰੇਲੀਆ ਦੇ ਦੇਖਣ ਨੂੰ ਮਿਲ ਰਹੀ ਹੈ ਦੋਸਤੋ। ਅਤੇ ਕੱਲ੍ਹ ਨੂੰ ਵੀ ਦੋਸਤੋ ਚੋਟੀ ਦੀ ਟੀਮ ਇਹ ਦੋਸਤੋ ਵਧੀਆ ਪ੍ਰਦਰਸ਼ਨ ਇਸ ਟੀਮ ਦਾ ਤੁਹਾਨੂੰ ਕੱਲ੍ਹ ਨੂੰ ਵੀ ਦੇਖਣ। ਅਗਲੀ ਟੀਮ ਹੈ ਦੋਸਤੋ ਵੈਸਟਰਨ ਸਿਡਨੀ ਨੇ ਦਾ ਅਤੇ ਮਾਲਵੇ ਦੀ ਚੋਟੀ ਦੀ ਟੀਮ ਦੋਸਤੋ, ਮਾਲਵੇ ਦੇ ਦੋ ਪਲੇਅਰ ਰਵੀ ਸਾਓਕੇ ਵਾਲਾ, ਪਾਲ ਮਾਲੇ ਵਾਲਾ, ਦੋ ਪਲੇਅਰ ਦੋਸਤੋ ਚੋਟੀ ਦੇ ਇਸ ਟੀਮ ਦੇ ਵਿੱਚ ਵੀ ਜੋ ਹੈ ਖੇਡ ਰਹੇ। ਜੋ ਦੋਸਤੋ ਲਾਸਟ ਟੀਮ ਹੈ, ਜੋ ਲਾਸਟ ਟੀਮ ਹੈ ਭੀਮ ਦੁਬਲੀ ਵਾਲਾ ਰੇਸ਼ਮ ਚੰਬਾ, ਇਹ ਦੋਸਤੋ ਚੋਟੀ ਦੀ ਟੀਮ ਇਹ ਵੀ ਖੇਡ ਰਹੀ। ਚੋਟੀ ਦੇ ਪਲੇਅਰ ਆਸਟ੍ਰੇਲੀਆ ਦੇ ਵਿੱਚ ਪੁੱਜੇ ਹੋਏ ਨੇ, ਇਹਨਾਂ ਟੀਮਾਂ ਦੀ ਹੋਈ ਜੋ ਹੈ ਦੋਸਤੋ ਸਾਨੂੰ ਜਾਣਕਾਰੀ ਸੀ। ਅਤੇ ਦੋਸਤੋ ਕੱਲ੍ਹ ਨੂੰ ਵੀ ਵੱਡੇ ਵੱਡੇ ਨਾਮਵਾਰ ਖਿਡਾਰੀ ਤੁਹਾਨੂੰ ਕੱਲ੍ਹ ਨੂੰ ਫਸਵੇਂ ਮੈਚ ਦੇਖਣ ਨੂੰ ਮਿਲਣਗੇ, ਅਤੇ ਅਗਲੇ ਦਿਨ ਦੋਸਤੋ ਇੱਦੂ ਵੀ ਫਸਵੇਂ ਮੈਚ ਜੋ ਹੈ ਹੋਣਗੇ। ਦੋਸਤੋ ਇਸ ਵਾਲੀ ਵੀਡੀਓ ਦੇ ਵਿੱਚ ਇੰਨੀ ਕੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਸੀ। ਵੀਡੀਓ ਨੂੰ ਲਾਈਕ ਜ਼ਰੂਰ ਕਰਕੇ, ਜੇ ਚੈਨਲ 'ਤੇ ਨਵੇਂ ਆਏ ਹੋ ਤਾਂ ਸਬਸਕ੍ਰਾਈਬ ਵੀ ਕਰ ਦਿਓ, ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਣਗੇ। ਆਪਾਂ ਮਿਲਦੇ ਹਾਂ ਨਵੀਂ ਵੀਡੀਓ 'ਚ ਨਵੇਂ ਕਬੱਡੀ ਕੱਪ ਜਾਂ ਟੀਮਾਂ ਪਲੇਅਰਾਂ ਬਾਰੇ ਜਾਣਕਾਰੀ ਲੈ ਕੇ। ਧੰਨਵਾਦ।